ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਫਤਿਹਗੜ੍ਹ ਚੂੜੀਆਂ ਤੋਂ ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਤੋਂ ਆਰੀ ਹੀਰੋਨ ਦੀ ਖੇਪ ਅਤੇ 30 ਬੋਰ ਦੇ ਪਿਸਤੌਲ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਗੁਰੂ ਸਾਹਿਬ ਸਿੰਘ ਝੰਡੂਟੀ ਅਤੇ ਸਾਜਨ ਸਿੰਘ ਭਕਣਾ ਵਜੋਂ ਹੋਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਦੇ ਅਫਸਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਡੇਰਾ ਬਾਬਾ ਨਾਨਕ ਬਾਰਡਰ ਤੋਂ ਹੀਰੋਨ ਦੀ ਖੇਪ ਲੈ ਕੇ ਵਾਇਆ ਫਤਿਹਗੜ੍ਹ ਚੂੜੀਆਂ ਅੰਮ੍ਰਿਤਸਰ ਨੂੰ ਆ ਰਹੇ ਹਨ। ਉਹਨਾਂ ਦੱਸਿਆ ਕਿ ਜਦੋਂ ਸਾਡੇ ਵੱਲੋਂ ਡੇਰਾ ਬਾਬਾ ਨਾਨਕ ਤੋਂ ਫਤਿਹਗੜ੍ਹ ਚੂੜੀਆਂ ਰੋਡ ਤੇ ਨਾਕਾ ਲਾਇਆ ਤਾਂ ਇਹਨਾਂ ਦੋ ਨੌਜਵਾਨਾਂ ਕੋਲੋਂ ਤਲਾਸ਼ੀ ਦੌਰਾਨ ਇਹਨਾਂ ਦੇ ਕਬਜ਼ੇ 'ਚ 16-30 ਬੁਰਦ ਜਿੰਦਾ ਰੋਂਦ ਅਤੇ 7.5 ਕਿਲੋ ਹੀਰੋ ਨੂੰ ਬਰਾਮਦ ਕੀਤੀ ਗਈ ਹੈ। ਇਹਨਾਂ ਦੇ ਖਿਲਾਫ ਥਾਣਾ ਫਤਿਹਗੜ੍ਹ ਚੂੜੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਨੂੰ ਮਾਣਯੋਗਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਪੁਲਿਸ ਵੱਲੋਂ ਇਹਨਾਂ ਗ੍ਰਿਫਤਾਰ ਨੌਜਵਾਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਮਾਮਲਾ ਇਹ ਜੀ, ਕੱਲ੍ਹ ਬਾਅਦ ਦੁਪਹਿਰ AIG ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਸਾਹਿਬ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਵਿਅਕਤੀ ਆਪਣੇ ਬਾਰਡਰ ਤੋਂ ਹੈਰੋਨ ਦੀ ਇੱਕ ਖੇਪ ਹਾਸਲ ਕਰਕੇ ਅਤੇ ਅੱਗੇ ਅੰਮ੍ਰਿਤਸਰ ਨੂੰ ਜਾ ਰਹੇ ਆ ਡੇਰਾ ਬਾਬਾ ਨਾਨਕ ਤੋਂ ਵਾਇਆ ਫਤਿਹਗੜ੍ਹ ਚੂੜੀਆਂ। ਅਤੇ ਉਸ ਇਨਫੋਰਮੇਸ਼ਨ ਦੇ ਬਿਹਾਵ 'ਤੇ AIG ਦੇ ਹੁਕਮ ਅਨੁਸਾਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਇੱਕ ਮੇਰੀ ਅਗਵਾਈ ਦੇ ਵਿੱਚ ਉੱਥੇ ਭੇਜੀ ਗਈ ਹੈ। ਜਦੋਂ ਉੱਥੇ ਆਪਣੇ ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਰੋਡ 'ਤੇ ਨਾਕਾ ਲਾਇਆ, ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇੱਕ ਦਾ ਨਾਂ ਗੁਰਸਾਹਿਬ ਸਿੰਘ ਆ, ਇੱਕ ਦਾ ਨਾਂ ਸਾਜਨ ਸਿੰਘ ਆ। ਸਾਜਨ ਸਿੰਘ ਭਕਣਾ ਪਿੰਡ ਦਾ ਰਹਿਣ ਵਾਲਾ ਅਤੇ ਗੁਰਸਾਹਿਬ ਸਿੰਘ ਝੰਡੂਟੀ ਪਿੰਡ ਦਾ ਰਹਿਣ ਵਾਲਾ। ਇਹਨਾਂ ਦੇ ਕਬਜ਼ਾ ਵਿੱਚੋਂ 16 ਜਿਹੜੇ 30 ਬੋਰ ਦੇ ਰੌਂਦ, 30 ਬੋਰ ਪਿਸਟਲ ਦੇ ਰੌਂਦ 16 ਉਹ ਬਰਾਮਦ ਕੀਤੇ ਆ ਅਤੇ 7.5 ਕਿਲੋ ਹੈਰੋਨ ਜਿਹੜੀ ਆ ਉਹ ਰਿਕਵਰ ਕੀਤੀ ਹੈ ਜੀ। ਨਹੀਂ, ਪਹਿਲਾਂ ਨਹੀਂ ਜੀ, ਇਹ ਪਹਿਲਾ ਹੀ ਮਾਮਲਾ ਇਹਨਾਂ ਦੋਨਾਂ ਤੇ, ਪਹਿਲਾਂ ਕੋਈ ਨਹੀਂ ਹੈ ਜੀ। ਕਿਸੇ ਗਰੁੱਪ ਨਾਲ ਕੰਮ ਕਰਦੇ ਪਏ ਜੀ? ਕਿੰਨੀ ਉਮਰ ਇਹਨਾਂ ਦੀ? ਗਰੁੱਪ ਹੁੰਦਾ ਕੋਈ, ਇਹਨਾਂ ਦੇ 25-26 ਸਾਲ ਦੀ ਉਮਰ ਆ ਦੋਵਾਂ ਦੀ, ਤੇ ਗਰੁੱਪ ਅਜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹਨਾਂ ਦੇ ਆਪਾਂ ਰਿਮਾਂਡ ਲੈਣ ਤੋਂ ਬਾਅਦ ਪੁੱਛਗਿੱਛ ਜਿਹੜੀ ਆ ਉਹ ਕਰਕੇ ਤੇ ਫਿਰ ਆਪ ਜੀ ਨੂੰ ਦੱਸਿਆ ਜਾਊਗਾ।